ਅਸਲਾਮ ਅਲੈਕੁਮ, ਆਪ ਦੇਖ ਰਹੇ ਅਫਜ਼ਲ ਟੀਵੀ ਤੇ ਮੈਂ ਤੁਹਾਡਾ ਮੇਜ਼ਬਾਨ ਅਫਜ਼ਲ ਅਹਿਮਦ। ਸਭ ਤੋਂ ਪਹਿਲੇ ਮੇਰੇ ਚੈਨਲ ਕਰੋ ਸਬਸਕ੍ਰਾਈਬ, ਨਾਲ ਹੀ ਲੱਗੀ ਘੰਟੀ ਨੂੰ ਦਬਾਓ ਤਾਂ ਕਿ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਵੀਰਾਂ ਤੱਕ ਬਆਸਾਨੀ ਪਹੁੰਚ ਸਕੇ। ਅਤੇ ਅੱਜ ਮੈਂ ਵੀਰਾਂ ਵਾਸਤੇ ਲੈ ਕੇ ਆਇਆ ਦੋ ਤੋਹਫ਼ੇ। ਇੱਕ ਤਾਂ ਪਹਿਲਨ ਜੋਟੀ ਹੈ, ਜਿਹੜੀ ਸੂਈ ਖਲੀ ਹੈ, 20 ਦਿਨਾਂ ਦੀ ਸੂਈ ਹੋਈ ਹੈ। ਦੁੱਧ ਦਾ ਰਿਕਾਰਡ ਤੁਹਾਨੂੰ ਜਨਾਬ ਮਾਲਕ ਕੋਲ ਪੁੱਛ ਕੇ ਅਤੇ ਦੱਸ ਦੇਵਾਂਗੇ। ਨਾਲ ਜਨਾਬ ਦੂਜਾ ਵਾਰਾ ਵਿਹੜੀ ਖੜੀ ਹੈ, ਫੁੱਲ ਕਰਾਸ ਹੈਗੀ ਜਨਾਬ, ਮਾਸ਼ਾਅੱਲਾ ਬੜੀ ਖੂਬਸੂਰਤ ਸੋਹਣਾ ਲਬਾਸ ਹੈ, ਥਣ ਬੜਾ ਪਿਆਰਾ ਹੈ, ਕਾਲਾ ਸ਼ਾਹ ਥਣ ਹੈ। ਅਤੇ ਉਹ ਦੂਜਾ ਵਾਰਾ ਡਿਲੀਵਰ ਕਰਦੀ ਹੈ, ਉਹ ਵੀ ਅਸੀਂ ਤੁਹਾਨੂੰ ਦੱਸਾਂਗੇ ਕਿ ਇਹਦਾ ਪਹਿਲਨ ਦਾ ਕੀ ਰਿਕਾਰਡ ਹੈਗਾ ਸੀ ਦੁੱਧ ਦਾ, ਅਤੇ ਹੁਣ ਇਹਦਾ ਕੀ ਹਿਸਾਬ ਕਿਤਾਬ ਹੋਵੇਗਾ, ਅਤੇ ਕੀ ਰੇਟ ਹੈ ਇਹਨਾਂ ਦਾ। ਉਹ ਸਾਰੀਆਂ ਗੱਲਾਂ ਤੁਹਾਨੂੰ ਜਨਾਬ ਦੱਸਾਂਗੇ। ਅਤੇ ਉਮੀਦ ਕਰਨੇ ਹੈ ਵੀਡੀਓ ਤੁਹਾਨੂੰ ਪਸੰਦ ਆ, ਅਸੀਂ ਵੀਡੀਓ ਪਸੰਦ ਆਵੇ ਤਾਂ ਲਾਈਕ ਸ਼ੇਅਰ ਜ਼ਰੂਰ ਕਰਨਾ, ਅਤੇ ਮਾਸ਼ਾਅੱਲਾ ਦਾ ਕਮੈਂਟ ਕਰਨਾ। ਅਤੇ ਅਸੀਂ ਤੁਹਾਨੂੰ ਦਿਖਾਉਣੇ ਆ ਜਨਾਬ ਦਹਿੜੀ ਅਤੇ ਜੋਟੀ, ਅਤੇ ਫਿਰ ਕਰਾਂਗੇ ਨਾਲ ਹੀ ਰੇਟ ਦੀ ਗੱਲਬਾਤ, ਅਤੇ ਮਾਲਕ ਕੋਲ ਪੁੱਛਣੇ ਕੀ ਇਹਨਾਂ ਦਾ ਹਿਸਾਬ ਕਿਤਾਬ ਹੈ। ਅਤੇ ਸਭ ਤੋਂ ਪਹਿਲੇ ਆਪਾਂ ਜਾਨਵਰ ਦੇਖਣੇ ਅਤੇ ਨਾਲ ਹੀ ਕਰਨ ਦੀ ਗੱਲਬਾਤ। ਅਤੇ ਕੈਮਰਾਮੈਨ ਸਾਹਿਬ ਲਾਓ ਜ਼ਰਾ, ਜਾਨਵਰਾਂ 'ਤੇ ਲਾਓ। ਆ ਜੀ ਜੋਟੀ ਹੈ, ਪਹਿਲਾ ਵਾਰ ਸੂਈ ਖਲੀ ਜਨਾਬ, ਵੇਖ ਲਓ ਬੜੀ ਖੂਬਸੂਰਤ ਅਤੇ ਬੜੀ ਪਿਆਰੀ, ਅਤੇ ਮਾਸ਼ਾਅੱਲਾ ਬੂਥੀ ਵੇਖ ਲਓ ਜੀ, ਫੁੱਲ ਬਰੀਕ ਪਿਓਰ ਨੀਲੀ ਬਾਹਰ, ਅਤੇ ਜੋਟੀ ਦਰਿਆ ਦੀ ਜੋਟੀ ਜਨਾਬ, ਨਿੱਕੀ ਨਿੱਕੀ ਸਿੰਗੀ ਲੱਗੀ ਹੈ, ਡੇਰੀ ਦੇ ਵਿੱਚੋਂ ਕੱਢ ਕੇ ਲੈਂਦੀ ਹੈ, 20 ਦਿਨ ਦੀ ਸੂਈ ਹੋਈ ਹੈ। ਲਿਬਾਸ ਦੇਖ ਲਓ ਬੜਾ ਪਿਆਰਾ ਜਨਾਬ, ਥਣ ਜਿਹੜਾ ਉਹ ਮੁੱਠ ਮੁੱਠ ਦਾ ਥਣ ਸੋਹਣਾ ਲੱਗਿਆ ਹੋਇਆ, ਮਾਸ਼ਾਅੱਲਾ ਪਹਿਲਨ ਵਿਹੜੀ ਹੈ, 12 ਲੀਟਰ ਇਹਦੇ ਥੱਲੇ ਜੀ ਦੁੱਧ ਹੈ, ਦੋ ਟਾਈਮ ਦਾ ਮਗਰ ਇਹਦੇ ਕੱਟਾ ਹੈ, ਥਣ ਬੜਾ ਪਿਆਰਾ ਖੂਬਸੂਰਤ ਥਣ ਲੱਗਿਆ ਹੋਇਆ, 12 ਲੀਟਰ ਜੀ ਗਰੰਟੀ ਨਾਲ ਦੁੱਧ ਮਾਲਕ ਚੁਆਵੇ ਦਾ, ਫਿਰ ਜਿਹੜਾ ਨਾ ਇਹ ਜੋਟੀ ਦੇਵੇਗਾ। ਅਤੇ ਮਾਸ਼ਾਅੱਲਾ ਸੋਹਣਾ ਅਤੇ ਖੂਬਸੂਰਤ ਜਾਨਵਰ ਹੈ, ਪਹਿਲਾ ਵਾਰ ਹੈ ਸੂਈ ਖੜੀ ਹੈ, ਦੂਸਰੇ ਵਾਰੇ 'ਤੇ ਜਨਾਬ ਬੜਾ ਥੱਬਾ ਵਾਨੇ ਦਾ ਕਰੇਗੀ। ਘਰ ਦੇ ਰੱਖਣ ਵਾਲੀ ਜੋਟੀ ਹੈ ਜਨਾਬ, ਬੜੀ ਸੋਹਣੀ ਦੁੱਧ ਵਾਲੀ, ਬਰੀਕ ਪਤਲੀ ਪੁੱਛ ਲੈ ਜਨਾਬ, ਲੇਟ ਕੇ ਭਾਵੇਂ ਜੇਬ 'ਚ ਪਾ ਲਓ, ਲਿਬਾਸ ਬੜਾ ਪਿਆਰਾ ਹੈ, ਅਤੇ ਖੂਬਸੂਰਤ ਜੁੱਟੀ, ਮਾਸ਼ਾਅੱਲਾ ਬੜਾ ਪਿਆਰਾ ਹਵਾਨਾ ਹੈ ਉਹਦੇ ਥੱਲੇ। ਪਹਿਲਾਂ 20 ਦਿਨਾਂ ਦੀ ਸੂਈ ਖਲੀ ਹੈ, ਫਿਰ ਵੀ ਮਾਸ਼ਾਅੱਲਾ 12 ਲੀਟਰ ਦੁੱਧ ਇਸ ਜਾਨਵਰ ਦੇ ਥੱਲੇ ਹੈ। ਆਹ ਖੁੱਲ੍ਹੀ ਅਤੇ ਛੋਟਾ ਜਿਹਾ ਜਨਾਬ ਕੱਟਾ ਹੈ, ਅਤੇ ਟੋਰ ਚਾਲ ਡਾਲ ਜਨਾਬ ਸੋਹਣੀ ਹੈ ਜੁੱਟੀ ਕੋਲ, ਮਾਸ਼ਾਅੱਲਾ ਬੜਾ ਰੱਬ ਨੇ ਹੁਸਨ ਇਹਨੂੰ ਦਿੱਤਾ ਹੈ। ਅਤੇ ਅੱਜ ਵੀਰਾਂ ਵਾਸਤੇ ਜਨਾਬ ਜੋਟੀ ਦਾ ਤੋਹਫ਼ਾ ਲੈ ਕੇ ਆਇਆ, ਜੋਟੀ ਦਾ ਜਨਾਬ ਰੇਟ ਸੁਣ ਲਓ, ਮਾਲਕ ਰੇਟ ਕਰਦਾ 1 ਲੱਖ ਅਤੇ 80,000 ਰੁਪਈਆ, ਅਤੇ 1 ਲੱਖ ਅਤੇ 70,000 ਰੁਪਈਏ ਦੀ ਜੋਟੀ ਆਪਾਂ ਨੂੰ ਮਿਲ ਜਾ ਸੀ। ਜੋਟੀ ਥੱਲੇ ਸ਼ਰਤੀਆ 12 ਲੀਟਰ ਦੁੱਧ ਹੈਗਾ ਜੀ, ਇਸ ਤੋਂ ਨਾ ਪਾਈਆ ਘਾਟੇ ਅਤੇ ਨਾ ਵਾਧੇ, ਅਤੇ ਮਾਸ਼ਾਅੱਲਾ ਸੋਹਣਾ ਬ੍ਰਾਂਡ ਅਤੇ ਖੂਬਸੂਰਤ ਜੋਟੀ ਹੈ। ਨਾਲ ਅਸੀਂ ਜਨਾਬ ਤੁਹਾਨੂੰ ਇਹ ਗਾਏ, ਇਹ ਜਰਸੀ ਕ੍ਰਾਸ ਦੇ ਵਿੱਚ ਹੈਗੀ ਜਨਾਬ, ਥੋੜ੍ਹਾ ਜਿਹਾ ਦੇਸੀ ਨੇ ਮੁੱਖ ਮੋੜਦੀ ਹੈ, ਬਿਲਕੁਲ ਜਨਾਬ ਸੋਹਣੀ ਅਤੇ ਖੂਬਸੂਰਤ ਗਾਂ ਹੈ, ਮਗਰ ਇਹਦੇ ਜਨਾਬ ਵੱਛੀ ਹੈ, ਤਾਜ਼ੀ ਹੈ, ਸੂਈ ਖਲੀ ਹੈ, ਮਾਸ਼ਾਅੱਲਾ ਬੜਾ ਪਿਆਰਾ ਅਤੇ ਸੋਹਣਾ ਵਾਨਾ ਲਾਇਆ ਇਹਨੇ, ਬੜਾ ਖੂਬਸੂਰਤ ਜਾਨ ਹੈ। ਇਹਦੇ ਥੱਲੇ ਜੀ 14 ਲੀਟਰ ਦੁੱਧ ਹੈਗਾ ਜੀ, ਮਾਸ਼ਾਅੱਲਾ ਬੜਾ ਸੋਹਣਾ ਥਣ ਲੱਗਿਆ ਰੁਗ ਰੁਗ ਦਾ, ਅਤੇ ਮੁੱਲੂ ਬਿਲਕੁਲ ਥੋੜ੍ਹੀ ਅਤੇ ਬੜੀ ਮੁਨਾਸਿਬ ਅਤੇ
ਬੜੀ ਖੂਬਸੂਰਤ ਜਨਾਬ, 1,50,000 ਰੁਪਈਏ ਦੀ ਇਹ ਆਪਾਂ ਨੂੰ ਗਾਂ ਮਿਲੇਗੀ। ਗਾਂ ਦੇ ਥੱਲੇ 14 ਲੀਟਰ ਦੁੱਧ ਦੇਗਾ ਜੀ, ਮਗਰ ਵੱਛੀ ਜੇ ਤਾਜ਼ੀ ਗਾਂ ਸੂਈ ਖਾਈ ਹੈ, 3 ਦਿਨ ਦੀ ਗਾਂ ਸੂਈ ਹੋਈ ਜੇ ਮਾਸ਼ਾਲਾ, ਅਤੇ ਬੜਾ ਵਕਤ ਬੜਾ ਸੋਹਣਾ ਲਿਬਾਸ ਹੈ। ਬੁੱਤੀ ਜਨਾਬ ਬੜੀ ਦੂਜਾ ਵਾਰਾ ਡਿਲੀਵਰ ਕੀਤਾ ਇਸ ਗਾਂ ਨੇ, ਮਾਸ਼ਾਲਾ ਬੜਾ ਸੋਹਣਾ ਹਵਾਨਾ ਖੂਬਸੂਰਤ ਹੈ, ਅਤੇ 14 ਲੀਟਰ ਦੁੱਧ ਹੈ ਇਹਦੇ ਥੱਲੇ ਜੀ, ਅਤੇ 1,50,000 ਰੁਪਈਏ ਦੀ ਇਹ ਜਨਾਬ ਵਿਹੜੀ ਆਪਾਂ ਨੂੰ ਮਿਲੇਗੀ। ਅਤੇ ਤੋਂ ਫਿਰ ਵੀਰਾਂ ਨੂੰ ਪਸੰਦ ਆਇਆ ਹੋਵੇ ਅਤੇ ਇਸ